इस सीजन का मानसून महाराष्ट्र विच दस्तक दे चुका है अते जल्दी ही मानसून दे पंजाब विच दस्तक देन दी संभावना भी मौसम विभाग द्वारा जताई जा रही है। पर फिर भी कैप्टन सरकार द्वारा ज़्यादातर नहरां अते रजबाहां दी सफाई लई हाले तक फंड जारी नहीं किया गया, जिस कारण नहरां अते रजबाहां विच जंगली बूटी फैल चुकी है, जिस दे चलदिआं किसानां नूं अपने फसली अते होर नुकसान की चिंता सताउण लगी है। दूजे पासे प्रशासनिक अते विभागी अधिकारी भी काम शुरू करवाउण लई फंडां दी उड़ीक कर रहे हैं। ਕੋਈ ਸਫਾਈ ਨਹੀਂ ਹੋਈ ਜੀ, ਭੋੜੇ ਮੈਨਿੰਗ ਜਾਂ ਹੋਰ ਡਰੇਨਾਂ ਨੇ ਸਰਕਾਰ ਇਹਨੂੰ ਫੰਡ ਭੇਜੇ ਜੀ, ਤਾਂ ਜੋ ਬਾਰਿਸ਼ਾਂ ਦੇ ਆਉਣ ਤੋਂ ਪਹਿਲਾਂ ਜ਼ਿਮੀਂਦਾਰਾਂ ਦੀ ਜੋ ਕਿਸਾਨੀ ਹੈ ਫਸਲਾਂ ਮਰਨ ਤੋਂ ਬਚਾਓ ਹੋ ਜੇ, ਇਹਨਾਂ ਦਾ ਛੇਤੀ ਤੋਂ ਛੇਤੀ ਕੋਈ ਪ੍ਰਬੰਧ ਬਣਾਇਆ ਜਾਵੇ ਸਫਾਈ ਦਾ, ਔਰ ਜੋ ਸਰਕਾਰ ਹੈ ਪੈਸਾ ਰਿਲੀਜ਼ ਕਰੇ ਇਹਨਾਂ ਵਾਸਤੇ। ਉਹਨਾਂ ਨੂੰ ਕੋਈ ਮਾਜਵਾ ਨਹੀਂ ਮਿਲਿਆ ਉਦੋਂ ਦਾ ਵੀ, ਪਿਛਲੀ ਸਰਕਾਰ ਵੇਲੇ ਵੀ, ਚਲੋ ਵੀ ਹੁਣ ਜੇ ਸਰਕਾਰ ਵੀ ਨਵੀਂ ਕਾਂਗਰਸ ਦੀ ਜਾਂ ਤਾਂ ਇਹਦੇ ਕਰਕੇ ਵੀ ਸਾਨੂੰ ਐਂ ਵੀ ਮਾਣ ਹੈ ਵੀ ਥੋੜ੍ਹਾ ਬਹੁਤੇ ਪੈਸੇ ਪਾ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਸਫਾਈ ਕਰ। ਇਹ ਮੰਤਰੀ ਸਾਹਿਬ ਨਾਲ ਸਾਡੀ ਇਕੱਲੇ ਗੱਲ ਹੋਈ ਸੀ ਇਸ ਸੰਬੰਧ 'ਚ ਵੀ ਜਲਦੀ ਤੋਂ ਜਲਦੀ ਅਸੀਂ ਫੰਡ ਭੇਜ ਕੇ ਮਨਰੇਗਾ ਮਜ਼ਦੂਰਾਂ ਨਾਲ ਹੀ ਸਫਾਈ ਕਰਾਵਾਂਗੇ। ਸੂਇਆਂ ਦੇ ਵਿੱਚ ਤਕਰੀਬਨ ਸਾਡੇ ਪਿੰਡ ਤਾਂ ਹੋ ਚੁੱਕੀ ਆ, ਡਰੇਨਾਂ ਦੀ ਸਫਾਈ ਵੀ ਲਗਭਗ ਛੇਤੀ ਹੋ ਜੂਗੀ। ਅਸੀਂ ਮੰਗ ਕਰਦੇ ਹਾਂ ਵੀ ਮੰਤਰੀ ਸਾਹਿਬ ਤੋਂ ਵੀ ਜਲਦੀ ਤੋਂ ਜਲਦੀ ਜਿਹੜੇ ਫੰਡ ਨੇ ਭੇਜ ਕੇ ਮਨਰੇਗਾ ਮਜ਼ਦੂਰਾਂ ਤੋਂ ਸਫਾਈ ਕਰਾਈ ਜਾਵੇ। ਦੇਖੋ ਬਰਸਾਤ ਦਾ ਸੀਜ਼ਨ ਸਮਝੋ ਆ ਗਿਆ, ਇੱਕ ਬਰਸਾਤ ਹੋ ਵੀ ਗਈ। ਗੱਲ ਇਹ ਹੈ ਵੀ ਪਿਛਲੇ ਸਮਿਆਂ 'ਚ ਕਈ ਦਫ਼ਾ ਦੇਖਿਆ ਵੀ ਖੇਤਾਂ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਜਦੋਂ ਓਵਰਫਲੋ ਹੋ ਜਾਂਦਾ, ਜਿਹੜਾ ਇਹ ਸਾਡੇ ਚੋਆ ਲੰਘਦਾ ਜਾਂ ਜਿਹੜੀਆਂ ਹੋਰ ਖਾਲੇ ਵਗੈਰਾ ਨੇ। ਸੋ ਇਹਦੀ ਇੱਕ ਤਾਂ ਇਹ ਹੈ ਵੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਇਸ ਪਾਸੇ ਦਿੱਤਾ ਜਾਂਦਾ, ਕੋਈ ਮਤਲਬ ਨੁਕਸਾਨ ਹੋ ਰਿਹਾ। ਪਰ ਇਹ ਹੈ ਵੀ ਸਰਕਾਰ ਇੱਧਰ ਕੋਈ ਧਿਆਨ ਨਹੀਂ ਹੈ, ਕੋਈ ਇਹਦੀ ਸਫਾਈ ਨਹੀਂ ਟਾਈਮ ਤੋਂ ਪਹਿਲਾਂ, ਕੋਈ ਇਹਦੀ ਇੰਤਜ਼ਾਮ ਨਹੀਂ ਕੀਤਾ। ਜੇ ਇਹਦਾ ਸਹੀ ਟਾਈਮ 'ਤੇ ਮਤਲਬ ਸਫਾਈ ਵਗੈਰਾ ਕੀਤੀ ਹੋਵੇ ਤਾਂ ਇਹ ਹੈ ਵੀ ਕੋਈ ਨੁਕਸਾਨ ਵਗੈਰਾ ਤੋਂ ਬਚ ਸਕਦਾ। ਪਰ ਇਹ ਹੈ ਵੀ ਇੱਧਰ ਨੂੰ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਇਹਦੇ ਵਿੱਚ ਵੇਲ ਖੜੀ ਹੈ, ਬਿਲਕੁਲ ਆਲੇ ਦੁਆਲੇ ਮਿੱਟੀ ਪਈ ਵੀ ਹੈ, ਇਹਦੀ ਕੋਈ ਸਫਾਈ ਨਹੀਂ ਹੋਈ। ਜਿਵੇਂ ਝੰਬੋ ਚੋਈ ਆ, ਉਹਦੀ ਕੋਈ ਸਫਾਈ ਨਹੀਂ ਹੋਈ। ਆਪਣੀ ਰੋੜੀ ਦੇ ਪਲਾਂ ਦੇ ਨਾਲ ਜਾਂਦੀ ਹੈ ਰੋੜੀ ਤੋਂ ਚੋਈ, ਇਹਦੀ ਕੋਈ ਸਫਾਈ ਨਹੀਂ ਹੋਈ। ਚੋਏ ਦੀ ਕੋਈ ਸਫਾਈ ਨਹੀਂ ਹੋਈ। ਹਾਂ ਹਾਂ ਹੋ ਸਕਦਾ ਜੀ, ਹੁੰਦਾ ਜੀ, ਬੇਲ ਆੜ ਜਾਂਦੀ ਆ, ਪਿੱਛੇ ਨਹਿਰ ਵੱਢਣੀ ਪੈ ਗਈ ਜੀ ਇੱਕ ਵਾਰੀ ਖੋਖ। ਦੇਖੋ ਵੈਸੇ ਤਾਂ ਡਰੇਨਾਂ ਦੀ ਜਿਹੜੀ ਸਥਿਤੀ ਹੈ ਨਾ, ਸਫਾਈ ਤਾਂ ਬਹੁਤ ਦੇਰ ਪਹਿਲਾਂ ਹੋਈ ਸੀ, ਹੁਣ ਨਹੀਂ ਹੋਈ ਕਦੇ। ਜਿਵੇਂ ਸਰਹੰਦ ਚੋਆ ਹੈ, ਇੱਕ ਗੇੜਾ ਕਰੇਨਾਂ ਨਾਲ ਪੱਟਿਆ ਗਿਆ, ਮੁੜ ਕੇ ਨਹੀਂ ਪੱਟਿਆ ਗਿਆ। ਡਰੇਨਾਂ ਦੀ ਸਫਾਈ ਦੇ ਪੈਸੇ ਨਹੀਂ ਪਿਛਲੇ ਆਏ, ਕਿਤੇ ਸਫਾਈ ਨਹੀਂ ਹੋਈ, ਔਰ ਫਸਲ ਦਾ ਨੁਕਸਾਨ ਬਹੁਤ ਹੋਇਆ ਨਹੀਂ। ਇੱਕ ਸਭ ਤੋਂ ਬੜੀ ਜਿਹੜੀ ਮਾੜੀ ਸਮੱਸਿਆ ਹੈ ਰਾਜਨੀਤਿਕ ਪਾਰਟੀਆਂ ਕਰਕੇ ਜਿਹੜੀ ਆਈ ਵੀ ਹੈ ਡਰੇਨਾਂ ਨੂੰ, ਜਿੱਥੇ ਕਿਤੇ ਡਰੇਨ ਦਾ ਨਾਕਾ ਉੱਥੇ ਜਿਹੜੀ ਅੱਗੇ ਕਿਸਾਨ ਬੈਠਾ ਉਹ ਮਿੱਟੀ ਪਾ ਦਿੰਦਾ। ਇਹਦੇ ਇਸ ਪਾਸੇ ਬਿਲਕੁਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਜੀ। ਇਹ ਡਰੇਨ ਕਾਫੀ ਦਿਨਾਂ ਤੋਂ ਬਿਲਕੁਲ ਪੂਰੇ ਸ਼ਹਿਰ ਦਾ ਗੰਦ, ਪੂਰੀ ਗੰਦਗੀ ਜਮ੍ਹਾਂ ਹੋ ਰਹੀ ਹੈ ਇਸ ਪਿੰਡ 'ਚ, ਅਤੇ ਆਉਣ ਵਾਲੇ ਸਮੇਂ 'ਚ ਮਹਾਂਮਾਰੀ ਦਾ ਰੂਪ ਇਹ ਧਾਰਨ ਕਰ ਸਕਦੀ ਹੈ। ਕੋਈ ਸਫਾਈ ਨਹੀਂ, ਜਦਕਿ ਪਿੰਡ ਦੇ ਸਰਪੰਚ ਦਾ, ਸਾਡੇ ਪਿੰਡ ਦੇ ਸਰਪੰਚ ਦਾ ਦਫ਼ਤਰ ਵੀ ਬਿਲਕੁਲ ਸਾਹਮਣੇ ਹੈ, ਤਾਂ ਵੀ ਇਹ ਇੱਥੇ ਕੋਈ ਕਿਸੇ ਤਰ੍ਹਾਂ ਦੀ ਸਫਾਈ ਜਾਂ ਕਿਸੇ ਕਬਜ਼ੇ ਨੂੰ ਰੋਕਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਬੱਚਿਆਂ ਦੇ। ਜਿਵੇਂ ਅੱਗੇ ਬਰਸਾਤੀ ਸੀਜ਼ਨ ਆ ਰਿਹਾ, ਲੋਕਾਂ ਨੂੰ ਨੁਕਸਾਨ ਉੱਥੇ ਬੂਟੀ ਸਾਰੀ ਖੜੀ ਹੈ ਵਿੱਚ। ਬਰਸਾਤੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਬਾਹਰ ਪਾਣੀ ਆਉਣਾ, ਅਤੇ ਜਿਹੜਾ ਪਾਣੀ ਬਰਸਾਤੀ ਬੂਟੀ ਦੇ ਕਾਰਨ ਜਮ੍ਹਾਂ ਇੱਥੇ ਜਮ੍ਹਾਂ ਹੋ ਜਾਂਦਾ ਅਤੇ ਘਰਾਂ ਦੇ ਵਿੱਚ ਵੜ ਜਾਂਦਾ ਜੀ। ਆ ਰਿਹਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਡਰੇਨੇਜ ਮਹਿਕਮੇ ਅਤੇ BDO ਸਾਹਿਬ ਨੂੰ ਬੁਲਾ ਕੇ ਉਹਨਾਂ ਦੀ ਤਿਆਰੀ ਦੀ ਮੀਟਿੰਗ ਕੀਤੀ ਸੀਗੀ। ਡਰੇਨੇਜ ਮਹਿਕਮੇ ਨੇ ਦੱਸਿਆ ਕਿ ਉਹਨਾਂ ਨੇ ਫੰਡਸ ਦਾ ਲਈ ਪ੍ਰਪੋਜ਼ਲਸ ਐਂਡ ਆਲ ਸਾਰਾ ਕੁਛ ਭੇਜ ਚੁੱਕੇ ਨੇ, ਫੰਡਸ ਅਵੇਟਡ ਨੇ, ਜਦੋਂ ਹੀ ਫੰਡਸ ਆ ਜਾਣਗੇ ਉਹ ਆਪਦਾ ਕਲੀਨਿੰਗ ਆਫ ਡਰੇਨਸ ਸ਼ੁਰੂ ਕਰ ਦੇਣਗੇ। ਅਤੇ ਜਿਹੜੀ ਸਭ ਤੋਂ ਇੰਪੋਰਟੈਂਟ ਡਰੇਨ ਹੈਗੀ ਆਪਣੀ ਨਾਭਾ ਡਰੇਨ, ਉਹ ਨਰੇਗਾ ਦੇ ਅੰਡਰ ਉਹਦੀ ਸਫਾਈ ਚੱਲ ਰਹੀ ਹੈ ਅਤੇ ਉਹ ਬਿਫੋਰ ਰੇਨੀ ਸੀਜ਼ਨ ਅਸੀਂ ਪੂਰੀ ਹੋਪਫੁਲ ਹਾਂ ਕਿ ਸਾਰੇ ਡਰੇਨਸ ਇੱਕ ਵਾਰ ਕਲੀਨ ਹੋ ਜਾਣਗੀਆਂ। ਨਾਭਾ ਦੇ ਭੋੜੇ ਸਾਹਿਬ ਅਤੇ ਹੋਰ ਡਰੇਨਾਂ ਦੀ ਗੱਲ ਕੀਤੀ ਜਾਵੇ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਇਹਨਾਂ ਡਰੇਨਾਂ ਦੀ ਬਿਲਕੁਲ ਵੀ ਸਫਾਈ ਨਹੀਂ ਕਰਵਾਈ ਗਈ, ਤਾਂ ਅਗਲੇ ਹਫ਼ਤੇ ਮੌਨਸੂਨ ਆਉਣ ਦੀ ਵੀ ਪੂਰੀ ਸੰਭਾਵਨਾ ਜਿਹੜੀ ਬਣੀ ਹੋਈ ਆ। ਤੁਹਾਨੂੰ ਦਿਖਾਉਂਦੇ ਹਾਂ ਨਾਭਾ ਦੇ ਭੋੜੇ ਸਾਹਿਬ ਕਿਸ ਤਰ੍ਹਾਂ ਬੂਟੀ ਦੇ ਨਾਲ ਘਿਰਿਆ ਹੋਇਆ, ਜੇ ਉਹ ਇਸ ਦੇ 9 ਪੁਲ ਨੇ ਉਹ ਬਿਲਕੁਲ ਬੰਦ ਪਏ ਨੇ। ਜੇਕਰ ਜ਼ਿਆਦਾ ਬਰਸਾਤ ਪੈਂਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਅਤੇ ਵੱਡਾ ਨੁਕਸਾਨ ਹੋ ਸਕਦਾ। ਸਰਕਾਰ ਵੱਲੋਂ ਇਹਨਾਂ ਡਰੇਨਾਂ ਦੀ ਸਫਾਈ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ, ਅਤੇ ਨਾ ਹੀ ਸਰਕਾਰ ਵੱਲੋਂ ਡਰੇਨ ਵਿਭਾਗ ਨੂੰ ਇਹਨਾਂ ਦੀ ਸਫਾਈ ਦੇ ਲਈ ਕੋਈ ਫੰਡ ਵੀ ਰਿਲੀਜ਼ ਨਹੀਂ ਕੀਤਾ ਗਿਆ। ਕਿਸਾਨਾਂ ਦਾ ਇਹੀ ਕਹਿਣਾ ਕਿ 2 ਸਾਲ ਪਹਿਲਾਂ ਸਾਡੇ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਜ਼ਿਆਦਾ ਆਉਣ ਕਰਕੇ ਤਬਾਹ ਹੋ ਗਈ ਸੀ, ਪਰ ਇਸ ਵਾਰ ਵੀ ਕਿਤੇ ਅਜਿਹਾ ਨਾ ਹੋਵੇ, ਜੋ ਕਿ ਸਰਕਾਰ ਵੱਲੋਂ ਅਜੇ ਤੱਕ ਫੰਡ ਵੀ ਰਿਲੀਜ਼ ਨਹੀਂ ਕੀਤੇ ਗਏ। ਸਰਕਾਰ ਨੂੰ ਫੰਡ ਜਲਦੀ ਤੋਂ ਜਲਦੀ ਰਿਲੀਜ਼ ਕਰਨੇ ਚਾਹੀਦੇ ਨੇ, ਜੋ ਕਿ ਇਹਨਾਂ ਡਰੇਨਾਂ ਦੀ ਸਫਾਈ ਹੋ ਸਕੇ।
ਈਵਨ ਪੰਜਾਬੀ ਲਈ ਨਾਭਾ ਤੋਂ ਹਰਮੀਤ ਸਿੰਘ ਮਾਨ।